ਬਾਬਾ ਜੇ ਤੂੰ ਮੈਨੂੰ ਕੰਡਾਂ 'ਚ ਫਸਾ ਦਿਆ ਅੱਜ ਰਾਹ ਬੰਦ ਕੀਤਾ ਹੈ ਨਾ ਲੋਕਾਂ ਦਾ ਆਪਣਾ ਵੀ ਕੀਤਾ ਨਾ ਨਾਲ ਨਾਲ ਆਪਣਾ ਵੀ ਹੋ ਗਿਆ ਸਾਨੂੰ ਨਾ ਹੋਰਾਂ ਜ਼ਮਾਨਾ 'ਚ ਨਾ ਹੋਰ ਕੁਛ ਵੀ ਕਿਹਾ ਜਾਂਦਾ ਤੁਸੀਂ ਜਿਹੜੇ ਮੇਰੀ ਵੀਡੀਓ ਦੇਖੋਗੇ ਨਾ ਕਮੈਂਟ ਕਰਕੇ ਦੱਸਿਓ ਵੀ ਰਸਾਂ ਨੂੰ ਨਾ ਤੁਹਾਡੀ ਜ਼ਬਾਨ 'ਚ ਕੀ ਕਹਿੰਦੇ ਆ ਸਾਡੇ ਕੋਲ ਰਸ ਕਹਿੰਦੇ ਆ ਜਾਂ ਫਿਰ ਕਹਿੰਦੇ ਮੂੰਹ ਦੇ ਵਿੱਚ ਨਾ ਭਾਫਾਂ ਵੀ ਨਿਕਲਦੀਆਂ ਪਈਆਂ ਅਸਲਾਮ ਅਲੈਕੁਮ ਕੀ ਹਾਲ ਮੇਰੇ ਵੀਰਾਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋ ਗਏ ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲਾਗ ਮਈ ਦਾ ਮਹੀਨਾ ਅਤੇ ਠੰਡੀਆਂ ਯਖ ਹਵਾਵਾਂ ਕਦੀ ਹੋਇਆ ਨਹੀਂ ਇੱਦਾਂ ਨਾ ਦੋ ਦਿਨ ਹੋ ਗਏ ਠੰਡੀ ਹਵਾ ਚੱਲਦੀ ਪਈ ਇੱਦਾਂ ਠੰਡੀ ਨਾ ਬਈ ਸਮਝੋ ਕਿ ਸਰਦੀ ਲੱਗਦੀ ਸਵੇਰੇ ਸਵੇਰੇ ਅਤੇ ਮਈ ਦਾ ਮਹੀਨਾ ਮੇਰੇ ਹਿਸਾਬ ਵਿੱਚ ਨਾ ਅੱਜ ਯਕਮ ਮਈ ਸੀਗੀ ਪਰ ਜਦੋਂ ਮੈਂ ਮੋਬਾਈਲ 'ਤੇ ਦੇਖਿਆ ਨਾ 30 ਅਪ੍ਰੈਲ ਹਜੇ ਅੱਜ ਅਤੇ ਚੱਲਦੇ ਹਾਂ ਫਿਲਹਾਲ ਜਾ ਕੇ ਨਾ ਦਵਾਈ ਚੁੱਕ ਕੇ ਲਿਆਉਂਦੇ ਹਾਂ ਖੇਤ ਵਿੱਚ ਕਰਨੀ ਹੈ ਸਪਰੇਅ ਸੁੰਡੀ ਦੀ ਪਰ ਜਿੰਨੀ ਤੇਜ਼ ਹਵਾ ਚੱਲਣ ਡਈ ਸਪਰੇਅ ਹੋਣੀ ਕੋਈ ਨਹੀਂ ਹੈਗੀ ਸਪਰੇਅ ਸਰ ਜਿਹੜੀ ਨਾ ਆਪਣੇ ਉੱਤੇ ਪੈ ਜਾਣੀ ਉਹ ਦੇਖੋ ਸਾਡੀ ਅੱਜ ਕਿਹੜੀ ਰੂਟੀਨ ਬਣਦੀ ਹੈ ਜਿਹੜੀ ਰੂਟੀਨ ਸਾਡੀ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਮੈਂ ਬਾਲਣ ਚੱਕ ਕੇ ਲਿਆਉਂਦਾ ਪਿਆ ਮਜ਼ਦੂਰ ਵੀ ਲੈਣੀ ਇਹਦੀ ਬਾਬਾ ਜੇ ਤੂੰ ਮੈਨੂੰ ਕੰਡਾਂ 'ਚ ਫਸਾ ਦਿਆ ਅੱਜ ਰਾਹ ਬੰਦ ਕੀਤਾ ਹੈ ਨਾ ਲੋਕਾਂ ਦਾ ਆਪਣਾ ਵੀ ਕੀਤਾ ਨਾ ਨਾਲ ਨਾਲ ਆਪਣਾ ਵੀ ਹੋ ਗਿਆ ਟਾਲ ਵੱਡਾ ਬਣਾ ਕੋਈ ਵੱਡਾ ਟਾਲ ਬਣਾ ਬੰਦਾ ਖੁੱਲ੍ਹਾ ਬਲਣ ਦਾ ਲੈ ਜੇ ਸਾਡੇ ਕੋਲ ਨਾ ਅੱਜ ਦਿਨੇ 2 ਵਜੇ ਦੀ ਨਾ ਬਾਰਿਸ਼ ਦੱਸੀ ਹੋਈ ਸੀਗੀ ਕੱਲ੍ਹ 10 ਦਾ ਪੈਸੇ ਇੰਟਰਨੈੱਟ ਵੀ 50% ਚਾਂਸ ਅੱਜ 10 ਦਾ ਪੈਸੇ 60% ਸਵੇਰੇ ਘਰ ਵਾਲੇ ਨੇ ਮੈਨੂੰ ਕਿਹਾ ਵੀ ਨਾ ਬਾਲਣ ਮੁੱਕਿਆ ਬਾਲਣ ਲੈ ਕੇ ਆਉਣਾ ਮੈਂ ਪਹਿਲਾਂ ਨਾ ਇੱਦਾਂ ਆਉਣ ਲੱਗਾ ਘਰ ਖੇਤੋਂ ਮੈਂ ਕਿਹਾ ਵੀ ਸ਼ਾਮੀ ਲੈ ਜਾਵਾਂਗੇ ਬਾਲਣ ਫਿਰ ਮੈਂ ਸੋਚਿਆ ਮੈਂ ਕਿ ਜੇ ਬਾਰਿਸ਼ ਪੈ ਗਈ ਨਾ ਇੱਦਾਂ ਮਾਣ ਦੇ ਨਾਲ ਹੋਰ ਕੁਛ ਨਹੀਂ ਤਕਰੀਬਨ 2-3 ਕਿਲੋ ਵਜ਼ਨ ਜਿਹੜਾ ਨਾ ਵੱਧ ਜਾਣਾ ਵਾ ਮੈਂ ਕਿਹਾ ਉਹ ਘਾਟਾ ਪਏਗਾ ਮੈਂ ਨਾ ਆਉਂਦਾ ਹੋਇਆ ਬਾਲਣ ਲੈ ਕੇ ਆ ਗਿਆ ਘਰ ਆਇਆ ਅਤੇ ਮੁੜ ਕੇ ਥੋੜ੍ਹੀ ਦੇਰ ਬਾਅਦ ਹਨੇਰੀ ਚੱਲਣੀ ਸ਼ੁਰੂ ਹੋ ਗਈ ਆ ਹਨੇਰੀ ਚੱਲ ਤਾਂ ਚੱਲ ਪੂਰੀ ਦੁਪਹਿਰ ਹਨੇਰੀ ਚੱਲਦੀ ਰਹੀ ਹਰ ਸ਼ਾਇਦ ਮਿੱਟੀ ਮਿੱਟੀ ਭਰੀ ਹਨੇਰੀ ਨੇ ਪਰ ਅਸੀਂ ਦੁਪਹਿਰੇ ਨਾ ਸਾਰੇ ਸੁੱਤੇ ਰਹੇ ਹਨੇਰੀ ਦੀ ਵਜ੍ਹਾ ਤੋਂ ਦੁਕਾਨ ਦੇ ਅੱਗੇ ਗਲੀ ਵਿੱਚ ਕੰਮ ਕਰਨ ਵਾਲੀ ਗੱਲ ਤਾਂ ਹੈ ਕੋਈ ਨਹੀਂ ਸੀਗੇ ਇੱਦਾਂ ਹਨੇਰੀ ਦੇ ਨਾਲ ਨਾ ਰੇਤਾ ਦੇ ਬੁੱਲੇ ਆਉਂਦੇ ਸੀ ਨਾ ਰੇਤਾ ਇਕੱਠੀ ਹੋ ਕੇ ਉੜ ਉੜ ਕੇ ਆਉਂਦੀ ਸੀਗੀ ਦੁਪਹਿਰ ਸਾਰੇ ਸੁੱਤੇ ਹਾਂ ਹੁਣ ਉੱਠੇ ਹਾਂ ਅਤੇ ਹੁਣ ਪੀਂਦੇ ਹਾਂ ਚਾਹ ਅਤੇ ਨਾਲ ਚਾਹ ਦੇ ਹੈਗੇ ਰਸ ਰਸਾਂ ਨੂੰ ਨਾ ਸਾਡੇ ਕੋਲ ਇੱਥੇ ਪਾਪੇ ਵੀ ਕਹਿੰਦੇ ਆ ਪੰਜਾਬੀ ਵਿੱਚ ਕਹਿੰਦੇ 50 ਰੁਪਏ ਦੇ ਪਾਪੇ ਫੜ ਲਿਆ ਬਈ ਚਾਹ ਨਾ ਖਾਣ ਵਾਸਤੇ
ਰਸਾਂ ਨੂੰ ਨਾ ਹੋਰਾਂ ਜ਼ਮਾਨਾ 'ਚ ਨਾ ਹੋਰ ਕੁਛ ਵੀ ਕਿਹਾ ਜਾਂਦਾ। ਤੁਸੀਂ ਜਿਹੜੇ ਜਿਹੜੇ ਮੇਰੀ ਵੀਡੀਓ ਦੇਖੋਗੇ ਨਾ ਕਮੈਂਟ ਕਰਕੇ ਦੱਸਿਓ ਵੀ ਰਸਾਂ ਨੂੰ ਨਾ ਤੁਹਾਡੀ ਜ਼ਬਾਨ 'ਚ ਕੀ ਕਹਿੰਦੇ ਆ। ਸਾਡੇ ਕੋਲ ਰਸ ਕਹਿੰਦੇ ਆ ਜਾਂ ਫਿਰ ਕਹਿੰਦੇ ਆ ਪਾਪੇ, ਆ ਦੋ ਨਾਮ ਆ ਸਾਡੇ ਕੋਲ। ਤੈਨੂੰ ਬਹਿਣ ਵਾਸਤੇ ਨਹੀਂ ਸੱਦਿਆ ਇੱਥੇ, ਤੈਨੂੰ ਮਿੱਟੀ ਨਜ਼ਰ ਆਉਂਦੀ ਵੀ ਸਾਰੀ ਆਹ ਇਕੱਠੀ ਹੋਈ ਆਉਂਦੀ ਵੀ ਨਜ਼ਰ ਹੈਂ ਸਾਰੀ ਇਕੱਠੀ ਕਰ, ਚੱਲ ਇਕੱਠੀ ਕਰ ਵੀ ਪਾ ਡੰਗਰਾਂ ਥੱਲੇ। ਤੂੰ ਇਹ ਕਰ ਨਾ ਅਤੇ ਮੈਂ ਵੈਲਡਿੰਗ ਕਰ ਲਵਾਂ ਫਿਰ ਬਣਾਉਂਦਾ ਵੀਡੀਓ ਹੈ। ਚੱਲ ਤੂੰ ਟਿਕ ਟਾਕ ਸਟਾਰ ਬਣਦਾ ਫਿਰ ਤੈਨੂੰ ਕੰਮ ਕਰ। ਜਲਦੀ ਕਰੋ ਜਲਦੀ, ਸ਼ਾਬਾਸ਼। ਸਾਡੇ ਕੋਲ ਦੁਪਹਿਰ ਜਿਹੜੀ ਹਨੇਰੀ ਚੱਲਦੀ ਰਹੀ ਹੈ ਨਾ, ਅਤੇ ਮੇਰੇ ਖਿਆਲ 'ਚ ਸਾਡੇ ਲਾਗੇ ਛਾਗੇ ਕਿਤੇ ਨਾ ਐਨ ਵੀ ਪਈ ਆ ਬਰਫ਼ਬਾਰੀ, ਪਤਾ ਨਹੀਂ ਹੁਣ ਕਿੱਥੇ ਪਈ ਇਹ ਨਹੀਂ ਪਤਾ ਹੈਗਾ। ਪਿਛਲੇ ਜਿਹੜੇ ਦੋ ਦਿਨ ਲੰਘੇ ਆ, ਪਰਸੋਂ ਵਾਲਾ ਦਿਨ ਅਤੇ ਕੱਲ੍ਹ ਵਾਲਾ ਦਿਨ, ਹਵਾ ਚੱਲਦੀ ਰਹੀ ਠੰਡੀ, ਸ਼ਾਮੀ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਸੀ, ਚੰਗੀ ਠੰਡੀ ਹਵਾ ਹੁੰਦੀ ਸੀਗੀ। ਅੱਜ ਉਹਨਾਂ ਦੋਵਾਂ ਦਿਨਾਂ ਨਾਲੋਂ ਅੱਜ ਜ਼ਿਆਦਾ ਠੰਡ ਆ, ਅੱਜ ਹਵਾ ਕੋਈ ਨਹੀਂ ਚੱਲਦੀ ਪਈ ਹੈਗੀ, ਪਰ ਠੰਡ ਇੱਦਾਂ ਜਿੱਦਾਂ ਸਰਦੀਆਂ ਹੁੰਦੀਆਂ। ਅਸੀਂ ਨਾ ਖੇਸ ਲੈ ਕੇ ਬੈਠੇ ਹਾਂ ਬਾਹਰ, ਨਾਲੇ ਬਣਵਾਇਆ ਕਾਹਵਾ, ਕਾਹਵਾ ਪੀਂਦੇ ਹਾਂ। ਚੰਗਾ ਮੌਸਮ ਨਾ ਠੰਡਾ ਬਣਿਆ ਹੋਇਆ, ਅਤੇ ਸ਼ਾਇਦ ਮੈਨੂੰ ਲੱਗਦਾ ਵੀ ਜਿਹੜਾ ਸਵੇਰੇ ਭਵਾਂ ਕੋਹਰਾ ਵੀ ਪੈ ਜਾਵੇ ਜਿਹੜੇ ਹਾਲਾਤ ਬਣੇ ਹੋਏ ਆ। ਬਾਕੀ ਇਹ ਸੁਬਾਹ ਹੋਏਗੀ ਫਿਰ ਪਤਾ ਲੱਗੇਗਾ ਕੀ ਬਣਦਾ ਵਾ। ਸਾਡਾ ਅੱਜ ਦਾ ਵਲੋਗ ਇੰਨਾ ਹੀ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼। ਮੂੰਹ ਦੇ ਵਿੱਚੋਂ ਨਾ ਪਾਫਾਂ ਵੀ ਨਿਕਲਦੀਆਂ ਪਈਆਂ।